ਰਹਿਣੀ ਹੈ। ਇਹ ਜਿਹੜੇ ਮੰਤਰੀ ਨਹੀਂ ਹੈ, ਸੰਤਰੀ ਹੈ, ਇਹ ਤਾਂ ਦਰਬਾਰੀ ਹੈ। ਜੇ ਪੰਜਾਬ 'ਚ ਮੁੱਖ ਮੰਤਰੀ ਰਾਜ ਕਰਦਾ ਹੁੰਦਾ ਤਾਂ ਇਹ ਗੁਨਾਹ ਨਾ ਹੁੰਦੇ ਜੋ ਹੋ ਰਹੇ ਨੇ, ਇਹ ਕਤਲ ਨਾ ਹੁੰਦੇ ਜਿਨ੍ਹਾਂ ਨੂੰ ਮੁੱਖ ਮੰਤਰੀ ਕਹਿੰਦੇ। ਸਮਗਲਿੰਗ ਰੁਕਦੀ, ਇਹ ਰੇਤ ਮਾਫੀਆ ਰੁਕਦਾ, ਨੱਤ ਪੈਂਦੀ। ਇਸ ਕਰਕੇ ਪੰਜਾਬ 'ਚ ਮੁੱਖ ਮੰਤਰੀ ਜਿਹੜਾ ਹੁੰਦਾ ਲੋਕਾਂ ਦਾ ਮੰਤਰੀ, ਇਹ ਤਾਂ ਐਜ ਏ ਰੂਰਲ, ਕਿਉਂਕਿ ਬਲੱਡ ਦੇ ਵਿੱਚ ਇਹਨਾਂ ਦੇ ਰਾਜ ਸੱਤਾ, ਇਹ ਫਿਊਡਲ ਦੇ ਤੌਰ 'ਤੇ ਕੰਮ ਕਰਦੇ ਨੇ, ਇੱਕ ਰਾਜਾ ਰਾਜੇ ਦੇ ਤੌਰ 'ਤੇ, ਡਿਕਟੇਟਰ ਦੇ ਤੌਰ 'ਤੇ ਕੰਮ ਕਰਦੇ ਨੇ। ਇਹ ਜਿਹੜੇ ਮੰਤਰੀ ਨੇ ਅੱਧੇ ਤਾਂ ਸ਼ਰਾਬ ਦੇ ਧੰਦੇ 'ਚ ਆਪ ਇਨਵੋਲਵ ਹੈ, ਇਹਨਾਂ ਨੂੰ ਤਾਂ ਡਰ ਆਪਣਾ ਖਾਂਦਾ ਵੀ ਜੇ CBI ਇਨਕੁਆਇਰੀ ਹੋਊਗੀ ਤਾਂ ਇਹ ਫਸਣਗੇ। ਇਸ ਕਰਕੇ ਇਹ ਦਰਬਾਰੀ ਸਾਡੇ ਖਿਲਾਫ਼ ਕਾ, ਹੋਰ ਤਾਂ ਇਹਨਾਂ ਨੂੰ ਕੋਈ ਆਉਂਦਾ ਨਹੀਂ। ਅਤੇ ਜੀ ਉਹਨਾਂ ਨੇ ਇੱਕ ਟਵੀਟ ਕੀਤਾ ਕੈਬਨਿਟ ਸਾਹਿਬ ਨੇ, ਕੱਲ੍ਹ ਉਹਨਾਂ ਨੂੰ ਮਿਲਣ ਜਾ ਰਹੇ ਨੇ, ਜਿਹੜੇ ਹਾਂਜੀ ਜਿਹਨਾਂ ਡੈਥ ਹੋਈ ਉਹਨਾਂ ਨੂੰ ਕੱਲ੍ਹ ਮਿਲਣ ਜਾ ਰਹੇ ਨੇ, ਟਵੀਟ ਕੀਤਾ ਕੈਪਟਨ ਸਾਹਿਬ, ਤੁਹਾਡਾ ਕੀ ਕਹਿਣਾ? ਦੇਖੋ ਗੱਲ ਇਹ ਹੈ ਵੀ ਇਹ ਕੰਪੀਟੈਂਟ ਦੀ ਕਾਂਗਰਸ ਹਾਈ ਕਮਾਂਡ ਕਰ ਸਕਦੀ ਹੈ ਜੋ ਕਰਨਾ ਹੁੰਦਾ। ਜੇ ਕਾਂਗਰਸ ਪਾਰਟੀ ਜਿਹੜਾ ਕੰਮ ਅਸੀਂ ਕੀਤਾ ਹੈ, ਉਹ ਚਾਹੀਦਾ ਸੀ ਸੁਨੀਲ ਜਾਖੜ ਕਰਦਾ, ਕਿਉਂਕਿ ਉਹ ਕਾਂਗਰਸ ਦਾ ਪ੍ਰਧਾਨ ਹੈ। ਪ੍ਰਧਾਨ ਨੂੰ ਵਾਚ ਡੌਗ ਦੇ ਕੰਮ ਕਰ, ਕਿਉਂਕਿ ਨਾਂ ਤਾਂ ਕਾਂਗਰਸ ਦਾ, ਪਰ ਅੱਧੀ ਕੈਬਨਿਟ ਤਾਂ ਅਕਾਲੀ ਦਲ 'ਚੋਂ ਆਈ ਹੈ। ਕਾਂਗਰਸ ਹੀ ਤਾਂ ਕੈਬਨਿਟ 'ਚ ਬੜੇ ਘੱਟ ਨੇ। ਕਾਂਗਰਸ ਦੇ ਖਿਲਾਫ਼ ਜਿਹੜੇ ਇਲੈਕਸ਼ਨ ਲੜੇ ਨੇ, ਉਹ ਵੀ ਮੰਤਰੀ ਬਣੇ ਹੋਏ ਨੇ, ਪਹਿਲਾਂ ਦੂਸਰੀਆਂ ਪਾਰਟੀਆਂ ਬਦਲ ਕੇ ਆਏ ਨੇ। ਸੁਨੀਲ ਜਾਖੜ ਬਲਰਾਮ ਜਾਖੜ ਦਾ ਮੁੰਡਾ ਹੈ, ਸੈਂਟਰ ਦਾ ਵਜ਼ੀਰ ਰਿਹਾ। ਉਹਨੇ ਥੱਲੇ ਤਾਂ ਕੁਝ ਦੇਖਿਆ ਹੀ ਨਹੀਂ, ਉਹ ਤਾਂ ਇੱਕ ਜਾਖੜ ਸਾਹਿਬ ਉਹਦੇ ਪਿਤਾ ਜੀ ਦੀ ਪਿਤਾ ਕਰਕੇ ਇਹਨੂੰ MLA ਬਣ ਗਿਆ। ਇਹਨੇ ਕਿਹੜਾ ਥੱਲੇ ਕੋਈ ਕੰਮ ਕੀਤਾ? ਗਰਾਊਂਡ ਲੈਵਲ 'ਤੇ ਤਾਂ ਕੁਝ ਕੀਤਾ ਨਹੀਂ, ਬਣੀ ਬਣਾਈ ਖਰੀਦ ਹੈ, ਉਹਨਾਂ ਨੂੰ ਟਿਕਟ ਮਿਲ ਗਏ। ਔਰ ਕਾਂਗਰਸ ਹੀ ਹੋਣ ਦੇ ਨਾਤੇ ਤਾਂ ਫਰਜ਼ ਬਣਦਾ ਸੀ ਇਹ ਮੁੱਖ ਮੰਤਰੀ ਨੂੰ ਜਿਹੜੀਆਂ ਚਿੱਠੀਆਂ ਸਾਡੇ ਖਿਲਾਫ਼ ਲਿਖਦਾ ਹੈ, ਇਹ ਸਮਗਲਰ ਨੂੰ ਰੋਕਦਾ। ਮੁੱਖ ਮੰਤਰੀ ਔਰ ਮੰਤਰੀਆਂ ਨੂੰ ਕਹਿੰਦਾ ਭਾਈ, ਔਰ ਜਿਹੜੇ ਸਮਗਲਿੰਗ 'ਚ ਇਨਵਾਲਵ ਨੇ ਉਹਨਾਂ ਦੇ ਖਿਲਾਫ਼ ਲਿਖੇ, ਇਹ ਸਾਡੇ ਖਿਲਾਫ਼ ਕੀ ਲਿਖੂਗਾ? ਅਸੀਂ ਕਿਹੜਾ ਕੋਈ, ਸਾਡਾ ਪ੍ਰੋਫੈਸ਼ਨ ਹੈ ਨਾ, ਮਾਈਨ ਦਾ ਕੰਮ ਕਰਦੇ ਹਾਂ ਨਾ ਠੇਕੇ ਹੈ, ਅਸੀਂ ਤਾਂ ਇੱਕ ਕਾਂਗਰਸ ਦੇ ਵਰਕਰ ਹੈ। ਜਿਹੜੇ ਅੱਧੇ ਮੰਤਰੀ ਤਾਂ ਸ਼ਰਾਬ ਦਾ ਧੰਦਾ ਕਰਦੇ ਨੇ, ਕਈਆਂ ਕੋਲ ਖੱਡਾਂ ਨੇ। ਇਹ ਸੁਨੀਲ ਜਾਖੜ ਉਹਨਾਂ ਨੂੰ ਕਢਾਵੇ ਕੈਬਨਿਟ ਦੇ ਵਿੱਚੋਂ, ਉਹਨਾਂ ਦੇ ਬਾਰੇ ਲਿਖੇ। ਸਾਨੂੰ ਕਾਂਗਰਸ 'ਚੋਂ ਕਢਾਉਣ ਦੀ ਹੈ, ਜਿਹੜੇ ਸਮਗਲਰ ਕਾਂਗਰਸ 'ਚ ਬੈਠੇ ਨੇ ਉਹਨਾਂ ਨੂੰ ਕੱਢੇ ਪਹਿਲਾਂ, ਉਹਨਾਂ ਦੇ ਖਿਲਾਫ਼ ਕਾਰਵਾਈ ਕਰੇ। ਦੇਖੋ ਗੱਲ ਇਹ ਹੈ ਕਿ 112 ਬੰਦੇ ਮਰੇ ਨੇ, ਠੀਕ ਹੈ, 250-300 ਜਿਹੜਾ ਹਸਪਤਾਲਾਂ 'ਚ ਪਿਆ। ਮੁੱਖ ਮੰਤਰੀ ਅੰਦਰੂਨੀ ਮਹਿਲ 'ਚੋਂ ਨਹੀਂ ਨਿਕਲਦਾ, ਜਿਹੜਾ ਸਾਰਾਗੜੀ ਦਾ ਬੜਾ ਮਹਿਲ ਬਣਾਇਆ ਉਹਦੇ 'ਚੋਂ ਨਹੀਂ ਨਿਕਲਦਾ। ਕਹਿਣ ਨੂੰ ਮੁੱਖ ਮੰਤਰੀ ਹੈ, ਬਤੌਰ ਡਿਕਟੇਟਰ ਇੱਥੇ ਰਾਜ ਕਰਦਾ। ਜੇ ਮੁੱਖ ਮੰਤਰੀ ਹੁੰਦਾ, ਜੇ ਇਹ ਘਟਨਾ ਹੋਣੀ ਨਹੀਂ ਸੀ, ਇਹ ਸਮਗਲਰਾਂ ਨੂੰ ਫੜਦਾ, ਜਿਹੜੇ ਕਤਲ ਹੋਏ ਨੇ ਆਪ ਕਹਿੰਦਾ ਕਤਲ ਹੋਏ ਨੇ, ਕਹਿੰਦਾ ਹੀ ਹੈ। ਜਿਹੜਾ ਬੰਦਾ ਗੁਟਕੇ ਦੀ ਸਹੁੰ ਖਾ ਕੇ ਮੁੱਕਰ ਸਕਦਾ ਹੈ, 3.5 ਸਾਲ ਹੋ ਗਏ ਕਿਸੇ ਨੂੰ ਤੁਰਨਿਆ ਨਹੀਂ, ਇਹਨੇ ਕਹਿੰਦਾ ਜੀ ਤੁਰਨ ਦੂੰਗਾ, ਤੁਰਨਿਆ ਇੱਕ ਬਣੀ। ਔਰ ਇਹ ਤਾਂ ਲੋਕ ਵਿਸ਼ਵਾਸ ਨਹੀਂ ਕਰਨਗੇ। ਅੱਛਾ ਨਿਕਲਿਆ ਨਹੀਂ, ਸੁਨੀਲ ਜਾਖੜ ਉੱਥੋਂ MP ਬਣਿਆ, ਉਹ ਨਹੀਂ ਗਿਆ। ਔਰ ਇਹਨੇ ਡਰਦੇ ਇਸ ਕਰਕੇ, ਪਬਲਿਕ ਨੂੰ ਫੇਸ ਨਹੀਂ ਕਰਨਗੇ, ਗੁਨਾਹਗਾਰ ਨੇ ਇਹ, ਸਾਰੀ ਸਰਕਾਰ ਗੁਨਾਹਗਾਰ ਹੈ ਕਤਲਾਂ ਦੀ। ਜਿਹੜਾ ਅਮਰਿੰਦਰ ਸਿੰਘ ਜੀ ਕੈਪਟਨ ਸਾਹਿਬ ਸੁੱਖ ਕਹਿੰਦੇ ਨੇ ਵੀ ਇਹ ਕਤਲ ਹੋਏ ਨੇ, ਜੇ ਕਤਲ ਹੋਏ ਨੇ ਇਹ ਕਹਿਣਾ ਨਹੀਂ ਪੈਂਦਾ, ਕਾਰਵਾਈ ਕਰਕੇ ਦਿਖਾਓ ਕਿਹੜੇ ਲੀਡਰ, ਕਿਹੜੇ ਮੰਤਰੀ, ਕਿਹੜੇ ਸੰਤਰੀ, ਕਿਹੜੇ MLA, ਕਿਹੜੇ ਲੀਡਰ ਕਾਂਗਰਸ ਦੇ ਸਮਗਲਰਾਂ ਨੂੰ ਪਲਾਹ ਦਿੰਦੇ ਨੇ, ਔਰ ਜਿਹੜੇ ਉਹਨਾਂ ਤੋਂ ਪੈਸੇ ਲੈਂਦੇ ਨੇ, ਰਜਿਸਟਰੀ ਅਕਾਊਂਟ ਚਲਾਉਂਦੇ ਨੇ, ਉਹਨਾਂ ਦੇ ਖਿਲਾਫ਼ ਕਾਰਵਾਈ ਕਰ। ਤੁਸੀਂ ਤਾਂ 3.5 ਸਾਲ ਹੋ ਗਏ ਗੁਟਕੇ ਦੀ ਸਹੁੰ ਕਰਕੇ, ਤੁਸੀਂ ਗੁਰੂਆਂ ਨੂੰ ਵੀ ਧੋਖਾ ਕਰ ਦੇ ਰਹੇ ਹੋ, ਪੰਜਾਬ ਦੇ ਲੋਕਾਂ ਨੂੰ ਵੀ ਧੋਖਾ ਦੇ ਰਹੇ ਹੋ ਮੁੱਖ ਮੰਤਰੀ ਸਾਹਿਬ। ਤੂੰ ਨਹੀਂ ਲੈਂਦਾ ਕਿ ਜੇ ਕਾਂਗਰਸ ਨੂੰ ਢਹਿ ਲੱਗ ਰਹੀ ਹੈ ਇਹ ਚੀਜ਼ਾਂ ਨਾਲ? ਦੇਖੋ ਕਾਂਗਰਸ ਦਾ ਤਾਂ ਨੁਕਸਾਨ ਹੋਏ ਗਿਆ, ਕਾਂਗਰਸ ਹੀ ਤਾਂ ਇਹਨਾਂ ਨੇ ਇਕੱਲੇ ਇਕੱਲੇ ਪੁਰਾਣੇ ਕਾਂਗਰਸ ਦੀ, ਜਿਹੜੇ ਆਹ 5-4 ਜਿਹੜੇ ਕਾਕੇ ਰਹਿ ਗਏ ਲੀਡਰਾਂ ਦੇ, ਪੁੱਤ ਪੋਤੇ ਰਹਿ ਗਏ, ਇਹ ਚਮਚਾਗਿਰੀ ਕਰਦੇ ਨੇ, ਚਮਚਾਗਿਰੀ ਕਰਕੇ ਆਪਣਾ ਵਕਤ ਕੱਟ ਰਹੇ ਨੇ, ਇਹ ਨਹੀਂ ਬੋਲਦੇ। ਬਹੁਤ ਸਾਰੇ MLA ਵੀ ਇਨਵੋਲਵ ਹੈ ਇਹਨਾਂ ਕੰਮਾਂ 'ਚ, ਇਹ ਮਾਫੀਆ ਦੇ ਵਿੱਚ ਉਹ ਵੀ ਨੇ, ਕਿਉਂਕਿ ਇਹ ਛੁੱਟੀ ਤੋੜ ਦਿੱਤੀ ਹੋਈ ਹੈ, ਲੁੱਟੋ ਪੰਜਾਬ ਨੂੰ, ਲੁੱਟੋ ਖਜ਼ਾਨੇ। ਮੋਦੀ ਨੂੰ ਤਾਂ ਚਿੱਠੀਆਂ ਲਿਖਦਾ ਮੁੱਖ ਮੰਤਰੀ ਕਿ ਸਾਨੂੰ ਪੈਸੇ ਦਿਓ, ਇੱਥੇ ਡਾਕਾ, ਸਰਕਾਰੀ ਖਜ਼ਾਨੇ 'ਤੇ ਚੋਰੀ ਨਹੀਂ, ਡਾਕਾ ਪੈ ਰਿਹਾ, ਐਕਸਾਈਜ਼ ਦਾ ਡਾਕਾ,
रेत का डाका, माइन का डाका, केवल ट्रांसपोर्ट का चोरी डाका, की कह गैंगस्टर पाले जाते हैं, लोगों झूठे पर्चे, जोड़ा कोई लीडर बोलता वो खिलाफ पर्चा नोटिस चलिया गल् जो पहले सैशन चलते हैं, हूँ लिखती भी भेजी है, हूँ भी टाइम मंगे है गाहे बगैर सोनिया गांधी डॉक्टर मनमोहन सिंह गुलाम नबी आजाद अहमद पटेल प्रियंका गांधी यह सारे असी चिट्ठिया लिखिया कि पंजाब में माफिया राज है और सोनिया गांधी तो टाइम मंगे है, टाइम दूगी असी मिल लाँगे और जे सोनिया गांधी ने मैनू राज्यसभा भेजे है मैनू कह दूगी भी भाई समग्राणा की सपोर्ट कर दी है कांग्रेस तू रिजाइन दे मैं दे दूंगा। कांग्रेस का कल्चर की है ये सुनील जाखड़ को पता होना चाहिए, ये चुप क्यों है, ये किसके कहे पर बोलता है, ये मैनू लगता है यदि मजबूरी है या तो यह आप रलिया होया मैं माफिया ना प्रधान जरा कांग्रेस का, ये कांग्रेस का अपनी इस धर्म नहीं निभा रहा सुनील, इनू धर्म मनाना चाहिए, ये एज ए केयरटेकर इनू निगाह रखनी चाहिए है, जोड़े MLA इनवाल्व ने गलत कामों से उन्होंने खिलाफ़ कार्रवाई करे, मंत्री जोड़े समागम कराते हैं उन्होंने खिलाफ़ कार्रवाई करे, ये सानू नोटिस भेजते इन्हों भेजे मैं तो अगे क्या जोड़े दरबारी है मंत्री नहीं है तो संत नहीं है, इन्हें जान ही नहीं है, ये गाला खा के भी फिर चुप कर देंगे ने, और साढ़े एक शेड्यूल कास्ट मंत्री है उन्होंने बाईकास्ट भी उन्होंने घर जाके गाला कढ़िया दवाया गया ये है ये भी पार्टियां बदल के अद्धे मंत्री तो दल बदलू ने यह दरबारी ने इन्हों पाला पिया डरते ने क्योंकि इन्होंने फसना है जे CBI इंक्वायरी क्योंकि आप इनवॉल्व ने यह माड़े धंधे चाहे रेत च ने चाहे शराब च ने ये सारे इनवॉल्व ने इसलिए डरते ने अपने डर इन्हों पाला कितने भी जे CBI होगी इन्होंने अंदर आना इसलिए साढ़े खिलाफ़ बोलते हैं।